ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ। ਸਰਦੀਆਂ ਦੀ ਫਸਲ ਤੁਸੀਂ ਦੇਖ ਰਹੇ ਹੋ ਵੀਰੇ, ਸਟਰਾਬਰੀ ਅਤੇ ਜਿਹਦੇ ਵਿੱਚ ਲਸਣ ਲੱਗੀ ਹੋਈ ਹੈ, ਅਤੇ ਸਟਰਾਬਰੀ ਨੂੰ ਖਾਣ ਦੇ ਆਪਾਂ ਕੁਛ ਫਾਇਦਿਆਂ ਬਾਰੇ ਗੱਲਬਾਤ ਕਰਨੀ ਹੈ। ਵੀਰ ਗੁਰਭੇਜ ਸਿੰਘ ਜੀ ਆਪਣੇ ਨਾਲ ਆ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਸਟਰਾਬਰੀ ਨੂੰ ਖਾਣ ਦੇ ਕੀ ਫਾਇਦੇ ਆ? ਇੱਕ ਤਾਂ ਇਹਦੇ 'ਚ ਕੈਲਸ਼ੀਅਮ ਬਹੁਤ ਜ਼ਿਆਦਾ ਹੈ। ਅੱਛਾ ਜੀ। ਇੱਕ ਆਪਣਾ ਇਮਿਊਨਿਟੀ ਸਿਸਟਮ ਬਹੁਤ ਜ਼ਿਆਦਾ ਸਟਰੋਂਗ ਕਰਦੀ ਆ, ਕੋਈ ਹਾਰਟ ਦਾ ਪੇਸ਼ੈਂਟ ਹੋਵੇ ਜਾਂ ਹੋਰ ਵੀ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਇਹ ਕੰਟਰੋਲ ਕਰਦੀ ਹੈ, ਬਹੁਤ ਘੱਟ। ਠੀਕ ਹੈ। ਇਹ ਵਿਟਾਮਿਨਸ ਦਾ ਵੀ ਰਿਚ ਸੋਰਸ ਹੈ ਜੀ। ਵਿਟਾਮਿਨ ਬਹੁਤ ਜ਼ਿਆਦਾ ਹੈ। ਕਿਸਾਨ ਭਰਾਵੋ, ਆਪਾਂ ਫੈਟ, ਫਾਈਬਰ, ਪ੍ਰੋਟੀਨ ਵਗੈਰਾ ਆਪਾਂ ਦਾਲਾਂ ਤੋਂ ਲੈ ਲੈਂਦੇ ਹਾਂ, ਪਰ ਆਪਾਂ ਨੂੰ ਵਿਟਾਮਿਨ ਜਾਂ ਕੈਲਸ਼ੀਅਮ ਜਾਂ ਜਿਹੜੇ ਛੋਟੇ ਤੱਤਾਂ ਦੀ ਲੋੜ ਹੁੰਦੀ ਆ ਉਹ ਇਹਨਾਂ ਫਰੈਸ਼ ਫਰੂਟ ਤੋਂ ਹੀ ਮਿਲਦਾ। ਸੋ ਇਹਨਾਂ ਨੂੰ ਕੰਜ਼ਿਊਮ ਜ਼ਿਆਦਾ ਕਰੋ, ਜਿਹੜੇ ਕਿਸਾਨ ਉਗਾ ਰਹੇ ਆ ਉਹਨਾਂ ਦੀ ਵੀ ਹੈਲਪ ਕਰੋ। ਧੰਨਵਾਦ।